ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਫਤਿਹ। ਸਤਸੰਗਤ ਜੀ, ਮਾਨਸਾ ਬਾਰੇ ਅਹਿਮ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਰਿਕੁਐਸਟ ਕਰਦਾ ਹਾਂ ਕਿ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਆਏ ਹੋ ਤਾਂ ਤੁਹਾਡੇ ਆਪਣੇ ਖਾਲਸਾ ਸਭਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਬਾ ਲਓ ਅਤੇ ਜੇਕਰ ਤੁਹਾਨੂੰ ਇਹ ਵੀਡੀਓ ਚੰਗੇ ਲੱਗੇ ਤਾਂ ਇਸ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦਿਓ। ਪਿਆਰੀ ਸਤਸੰਗਤ ਜੀ, ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਪੰਜਾਬ ਦੇ ਇਲੈਕਸ਼ਨ ਬੇਦ ਨੇੜੇ ਆ ਚੁੱਕੇ ਹਨ ਅਤੇ ਇਸ ਕਰਕੇ ਵੱਖ ਵੱਖ ਮਸ਼ਹੂਰ ਹਸਤੀਆਂ ਵੱਖ ਵੱਖ ਪਾਰਟੀਆਂ ਜੁਆਇਨ ਕਰ ਰਹੀਆਂ ਹਨ। ਇਸ ਦੌਰਾਨ ਅੱਜ ਸਵੇਰ ਤੋਂ ਹੀ ਇੱਕ ਨਿਊਜ਼ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਬੱਬੂ ਮਾਨ ਨੇ ਆਉਣ ਵਾਲੀਆਂ ਪੰਜਾਬ ਦੀਆਂ ਚੋਣਾਂ ਲਈ ਆਪਣੀ ਇੱਕ ਸਿਆਸੀ ਪਾਰਟੀ ਬਣਾ ਲਈ ਹੈ ਜਿਸ ਦਾ ਨਾਮ ਹੈ ਜੂਝਦਾ ਪੰਜਾਬ। ਪਰ ਇੱਥੇ ਲੋਕ ਇਹ ਸੋਚ ਕੇ ਵੀ ਹੈਰਾਨ ਹੋ ਰਹੇ ਨੇ ਕਿ ਬੱਬੂ ਮਾਨ ਨੇ ਕਈ ਵਾਰ ਸਟੇਜ ਤੋਂ ਇਹ ਗੱਲ ਕਹੀ ਸੀ ਕਿ ਉਹ ਪੋਲਿਟਿਕਸ ਵਿੱਚ ਆਉਣ ਦਾ ਇਰਾਦਾ ਨਹੀਂ ਰੱਖਦੇ। ਅਤੇ ਕੁਝ ਦਿਨ ਪਹਿਲਾਂ ਜਦੋਂ ਮੂਸੇਵਾਲੇ ਨੇ ਕਾਂਗਰਸ ਜੁਆਇਨ ਕੀਤੀ ਸੀ ਤਾਂ ਮਾਨ ਸਾਹਿਬ ਨੇ ਮੂਸੇਵਾਲੇ ਦੇ ਇਸ ਕਦਮ ਦਾ ਜੰਮ ਕੇ ਵਿਰੋਧ ਕੀਤਾ ਸੀ ਅਤੇ ਕਾਂਗਰਸ ਦੁਆਰਾ 1984 ਵਿੱਚ ਕੀਤੇ ਗਏ ਘੱਲੂਘਾਰੇ ਨੂੰ ਯਾਦ ਰੱਖਣ ਲਈ ਕਿਹਾ ਸੀ ਅਤੇ ਨਾਲ ਹੀ ਇਹ ਗੱਲ ਵੀ ਕੀਤੀ ਸੀ ਕਿ ਪੋਲਿਟਿਕਸ ਇੱਕ ਦਲਦਲ ਹੈ ਅਤੇ ਜੇ ਉਹ ਚਾਹੁੰਦੇ ਤਾਂ ਹੁਣ ਤੱਕ ਉਦੋਂ ਸੀਐਮ ਬਣ ਗਏ ਹੋਣਾ ਸੀ। ਹਾਲਾਂਕਿ ਅੱਜ ਲੋਕਾਂ ਨੂੰ ਲੱਗਿਆ ਕਿ ਸ਼ਾਇਦ ਮਾਨ ਸਾਹਿਬ ਨੇ ਆਪਣਾ ਮਨ ਬਦਲ ਕੇ ਪੋਲਿਟਿਕਸ ਵਿੱਚ ਆਉਣ ਦਾ ਫੈਸਲਾ ਕਰ ਲਿਆ ਹੋਵੇਗਾ, ਪਰ ਸਾਧ ਸੰਗਤ ਜੀ, ਇਹ ਗੱਲ ਬਿਲਕੁਲ ਵੀ ਸੱਚੀ ਨਹੀਂ ਹੈ ਕਿਉਂਕਿ ਜੂਝਦਾ ਪੰਜਾਬ ਮਾਨ ਸਾਹਿਬ ਦੁਆਰਾ ਬਣਾਈ ਗਈ ਇੱਕ ਜਥੇਬੰਦੀ ਦਾ ਨਾਮ ਹੈ ਅਤੇ ਇਸ ਜਥੇਬੰਦੀ ਦਾ ਟਾਰਗੇਟ ਹੈ ਪੰਜਾਬ ਦੇ ਮਸਲਿਆਂ ਨੂੰ ਚੁੱਕਣਾ ਅਤੇ ਸਿਆਸਤਦਾਨਾਂ ਤੇ ਪ੍ਰੈਸ਼ਰ ਪਾਉਣਾ। ਇਸ ਤੋਂ ਇਲਾਵਾ ਪੰਜਾਬੀ ਗਾਇਕ ਜਸ ਬਾਜਵਾ ਨੇ ਵੀ ਟਵੀਟ ਕਰਕੇ ਲੋਕਾਂ ਦਾ ਵਹਿਮ ਕੱਢਦੇ ਹੋਏ ਲਿਖਿਆ ਕਿ ਮੈਂ ਸਭ ਨੂੰ ਸੂਚਿਤ ਕਰਦੇ ਹੋਏ ਇਹ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਹਾਂ ਕਿ ਜੂਝਦਾ ਪੰਜਾਬ ਇੱਕ ਸਮਾਜਿਕ ਜਥੇਬੰਦੀ ਦਾ ਨਾਮ ਹੈ, ਨਾ ਕਿ ਸਿਆਸੀ ਪਾਰਟੀ ਦਾ। ਵਾਹਿਗੁਰੂ ਭਲੀ ਕਰੇ। ਅੱਗੇ ਜਾ ਕੇ ਕੋਈ ਰਾਜਨੀਤਿਕ ਪਾਰਟੀ ਨਹੀਂ ਬਣ ਜਾ ਰਿਹਾ, ਇਹ ਕੋਈ ਇਲੈਕਸ਼ਨ ਨਹੀਂ ਲੜੂਗਾ, ਅਸੀਂ ਕਿਸੇ ਆਫਿਸ ਲਈ ਲੜਨ ਲਈ ਇੱਥੇ ਨਹੀਂ ਬੈਠੇਗੇ। ਬੱਬੂ ਮਾਨ ਨੂੰ ਕੋਈ ਚਾਅ ਨਹੀਂ ਗਾ ਮੁੱਖ ਮੰਤਰੀ ਬਣਨ ਦਾ, ਜਾਂ ਮੰਤਰੀ ਦਾ, ਜਾਂ ਗੁੱਲ ਪਨਾਗ ਨੂੰ, ਜਾਂ ਅਮੀਰ ਸਿੰਘ ਨੂੰ, ਜਾਂ ਦਵਿੰਦਰ ਸ਼ਰਮਾ ਜੀ, ਨਾ ਹੀ ਮੈਨੂੰ। ਅਸੀਂ ਆਏ ਹਾਂ ਕਿ ਜੇ ਪੰਜਾਬ ਬਚਾਉਣਾ ਹੈ, ਪੰਜਾਬ ਬਚਾਉਣਾ ਹੈ। ਮੈਨੂੰ ਲੱਗਦਾ ਹੌਲੀ ਹੌਲੀ ਕਿਤੇ ਇਹ ਵੀ ਜੁਮਲਾ ਨਾ ਬਣ ਜੇ, ਜੋਕ ਨਾ ਬਣ ਜੇ, ਕਿਉਂਕਿ ਮੇਰੇ ਕੋਲ ਬਹੁਤ ਲੋਕ ਆਏ। ਮੈਂ ਹਰ ਇੱਕ ਨੂੰ ਪੁੱਛਿਆ ਬਚਾ ਪੰਜਾਬ ਨੂੰ ਬਚਾਉਣ ਦਾ ਰਸਤਾ ਕੀ ਹੈ, ਮਾਡਲ ਕੀ ਹੈ। ਕਹਿੰਦੇ ਭਾਜੀ ਉਹ ਤਾਂ ਬਣ ਜੂਗਾ, ਉਹ ਮੈਂ ਕਿਹਾ 75 ਸਾਲ 'ਚ ਤਾਂ ਬਣਿਆ ਨਹੀਂ, ਹੁਣ ਬਣ ਜੂਗਾ। ਅਸੀਂ ਪਹਿਲਾਂ ਉਹ ਮੁੱਦੇ ਤਾਂ ਬਣਾ ਲਈਏ, ਫਿਰ ਪਾਰਟੀਆਂ 'ਚ ਜਾਣਾ, ਫਿਰ ਪਾਰਟੀਆਂ ਬਣਾਉਣਾ, ਫਿਰ ਡਿਸਾਈਡ ਕਰ ਲਈਏ। ਸੋ ਸਤਸੰਗਤ ਜੀ, ਵੀਡੀਓ ਇੱਥੇ ਮੁੱਕਦੀ ਹੈ। ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਈ ਤਾਂ ਇਸ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਤੁਹਾਡੇ ਆਪਣੇ ਖਾਲਸਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਵਾਹਿਗੁਰੂ ਜੀ ਖਾਲਸਾ, ਸ਼੍ਰੀ ਵਾਹਿਗੁਰੂ ਜੀ ਫਤਿਹ।